ਤੇ ਹੁਣ ਤੂੰ ਕਹਿ ਰਿਹਾ ਕਿ ਅਸੀਂ ਪੰਜਾਬੀ ਤੇ ਪੰਜਾਬ ਖਤਮ ਕਰ ਦੇਣਾ। ਤੂੰ ਇੱਕ ਗੱਲ ਦੱਸ ਵੀ ਤੇਰੀ ਤੂੰ ਵੇਖਿਆ ਮੰਜੇ ਤੇ ਪਿਆ ਤੂੰ ਉਂਝ ਨਹੀਂ ਦੀਦਾ ਤੇ ਤੂੰ ਪੰਜਾਬ ਖਤਮ ਕਰਨ ਦੀ ਗੱਲ ਕਰਦਾ ਯਾਰ, ਸ਼ਰਮ ਕਰਨ ਵਾਲੀ ਗੱਲ ਹੈ ਹੁਕਮ ਚੰਦ ਜੀ। ਕਿ ਜਿਹਦੇ ਸਿਰ ਤੇ ਤੁਸੀਂ ਤਿੜੀ ਜਾਂਦੇ ਹੈ ਉਹ 5 ਸਾਲ ਹੀ ਰਹੂਗਾ। ਹੁਣ ਕਹਿੰਦੇ ਜਿਵੇਂ ਰਾਮ ਜੀ ਨੂੰ ਕਿਹਾ ਸੀ ਕਿ ਜਿਹੜਾ ਆਹ ਤੀਰ ਚੱਕ ਲੂਗਾ, ਆਹ ਕਮਾਨ ਚੱਕੂਗਾ, ਉਹੀ ਸੀਤਾ ਨਾਲ ਵਿਆਹ ਕਰਾਊਗਾ। ਇਹ ਸਾਡਾ ਪੰਜਾਬ ਵੀ ਉਹੀ ਚੀਜ਼ ਆ, ਸਾਡੇ ਗੁਰੂ ਪੀਰਾਂ ਦਾ ਪੰਜਾਬ ਆ, ਇਹ ਕੋਈ ਚੱਕ ਨਹੀਂ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆ ਹੁਕਮ ਚੰਦ ਜਿਹੜਾ ਹਿਮਾਚਲ ਦੇ ਵਿੱਚ ਇੱਕ ਹਿੰਦੀ ਪ੍ਰੋਗਰਾਮ ਸੀ ਅਤੇ ਕਿਸੇ ਨੇ ਕੁਛ ਪੰਜਾਬੀ ਦੇ ਬਾਰੇ ਬੋਲਣਾ ਚਾਹਿਆ ਤਾਂ ਇਹਨੇ ਉਹਦੇ ਹੱਥੋਂ ਮੈਕ ਖੋਲਿਆ ਅਤੇ ਕਹਿੰਦਾ ਅਸੀਂ ਹੋਰ 5-7 ਸਾਲਾਂ ਨੂੰ ਕਹਿੰਦਾ ਆਲ ਵਰਲਡ ਦੇ ਵਿੱਚੋਂ ਪੰਜਾਬੀ ਖਤਮ ਕਰ ਦੇਣੇ। ਕਹਿੰਦਾ ਕਿਸੇ ਹੋਰ ਪਾਸੇ ਭੇਜਿਆ ਕੋਈ। ਵੈਰੀ ਗੁੱਡ, ਵੈਰੀ ਗੁੱਡ ਜਵਾਬ ਤੈਨੂੰ ਮੈਂ ਦਿੰਦਾ, ਮੈਂ ਪੰਜਾਬੀ ਨੂੰ ਜਵਾਬ ਦਿੰਦਾ। ਇੱਕ ਸਾਡੇ ਕਹਾਵਤ ਗਾਉਂਦੇ ਆ, ਕਹਿੰਦੇ ਜੇ ਕਾਵਾਂ ਦੇ ਬਹੁਤ ਜਦੋਂ ਗੱਲ ਸੁਣਾ ਕਹਿੰਦਾ ਬਨੇਰੇ ਢਾਲ ਗੰਜਿਆ ਜੇ ਆ, ਭਲਾ ਤੂੰ ਕੁਛ ਹੀ ਹੋਵੇ, ਭਲਾ ਤੂੰ ਮੰਤਰੀ ਹੋਵੇ, ਤੂੰ ਇੱਕ ਸੋਚ ਕੇ ਵੀ ਇਹ ਗੱਲ ਕਿ ਜੇ ਤੂੰ ਕਿਸੇ ਦੀ ਮਾਂ ਦੀ ਬਾਂਹ ਫੜੇਗਾ, ਮਾਂ ਨੂੰ ਕਵੇ ਕਿ ਇਹ ਤਾਂ ਅਸੀਂ ਮਾਰ ਦੇਣਾ, ਇਹ ਕਰ ਦੇਣਾ, ਤਾਂ ਤੈਨੂੰ ਉਹਦਾ ਜੇ ਘਰ ਵਾਲਾ ਨਹੀਂ ਨਾ ਬੋਲਦਾ, ਜੇ ਉਹਦੇ ਪੋਤਾ ਤੈਨੂੰ ਉਂਝ ਹੀ ਵਰ ਦੇਣਗੇ। ਲੱਖੇ ਸਿਧਾਣੇ ਨੇ ਖੈਰ ਤੇਰੀ ਮਾਂ ਭੈਣ ਤੇ ਇੱਕ ਕਰ ਦਿੱਤੀ ਹੈ ਅਤੇ ਪਰ ਮੈਂ ਲੱਖੇ ਸਿਧਾਣੇ ਤੇ ਮੈਨੂੰ ਇੱਕ ਨਾਰਾਜ਼ਗੀ ਆ, ਉਹ ਹਮੇਸ਼ਾ ਰਹਿਣੀ ਹੈ ਕਿ ਉਹ ਇਕੱਲਾ ਫਿਰਦਾ। ਕਾਫੀ ਵਾਰੀ ਉਹਨਾਂ ਨਾਲ ਮੈਂ ਫੋਨ 'ਤੇ ਗੱਲਬਾਤ ਕਰਨੀ ਚਾਹੀ ਅਤੇ ਮੈਂ ਕਿਹਾ ਮੈਨੂੰ ਲੋੜ ਆ ਤੁਹਾਡੇ ਵਰਗੇ ਭਰਾਵਾਂ ਦੀ ਅਤੇ ਮੈਂ ਵੀ ਜਾ ਕੇ ਪੰਜਾਬ ਦੇ ਮੋਰਚੇ ਕੱਢਣੇ ਕਿ ਆਪਣਾ ਪੰਜਾਬ ਬਰਕਰਾਰ ਰੱਖੀਏ, ਪਰ ਨਹੀਂ ਆ ਅੱਡੋ ਅੱਡ ਸਾਰੇ ਲੋਕ ਕਹੀ ਜਾਂਦੇ ਅਸੀਂ ਪੰਜਾਬ ਬਚਾਉਣਾ, ਕਰੀ ਸਾਡੇ ਪੋਲੀਟਿਕਸ ਜਾਂਦੇ ਆ, ਕਰੀਏ ਕੀ ਦੱਸ, ਪੰਜਾਬ ਨੂੰ ਸਵਾਹ ਬਚਾਉਣਾ। ਅਤੇ ਹੁਣ ਮੈਂ ਤੁਹਾਡੇ ਅਲਾਵਾਂ ਹੁਕਮ ਚੰਦ ਜੀ ਕਿ ਤੁਸੀਂ ਕਿਹਾ ਪੰਜਾਬੀ ਅਸੀਂ ਖਤਮ ਕਰ ਦੇਣੇ ਹੈ, ਪੰਜਾਬੀ ਜਮ੍ਹਾਂ ਖਤਮ ਕਰ ਦੇਣੀ ਹੈ ਇੰਡੀਆ ਦੇ ਵਿੱਚੋਂ, ਜਿਹੜੇ ਸੂਬੇ ਦੀ ਭਾਸ਼ਾ ਨਾ ਉਹ ਇੱਕ ਨੰਬਰ 'ਤੇ ਹੋਣੀ ਚਾਹੀਦੀ ਆ। ਅਸੀਂ ਇਹ ਨਹੀਂ ਕਹਿੰਦੇ ਕਿ ਹਿਮਾਚਲ ਦੇ ਵਿੱਚ ਹਿੰਦੀ ਬੋਲਦੇ ਆ, ਮੈਂ ਇੱਕ ਸਿਰਫ ਉਦਾਹਰਣ ਦਿੰਦਾ, ਜੇ ਹਿਮਾਚਲ ਦੇ ਵਿੱਚ ਹਿੰਦੀ ਉਹਨਾਂ ਦੀ ਮਾਂ ਬੋਲੀ ਹੈ ਨਾ, ਤਾਂ ਅਸੀਂ ਐਂ ਨਹੀਂ ਕਹਿੰਦੇ ਵੀ ਉੱਥੇ ਪੰਜਾਬੀ ਲਿਖੋ, ਤੁਹਾਡੇ ਵਰਗੇ ਅਸੀਂ ਬੇਈਮਾਨੀ, ਤੁਸੀਂ ਸਾਡੇ ਨਾਲ ਬੇਈਮਾਨੀਆਂ ਕੀਤੀਆਂ ਹਰਦਮ। ਅਤੇ ਹੁਣ ਤੂੰ ਕਹਿ ਰਿਹਾ ਕਿ ਅਸੀਂ ਪੰਜਾਬੀ ਅਤੇ ਪੰਜਾਬ ਖਤਮ ਕਰ ਦੇਣਾ, ਤੂੰ ਇੱਕ ਗੱਲ ਦੱਸ ਵੀ ਤੇਰੀ ਤੂੰ ਵੇਖਿਆ ਮੰਜੇ 'ਤੇ ਪਿਆ ਤੂੰ ਉਂਝ ਨਹੀਂ ਦੀਦਾ ਅਤੇ ਤੂੰ ਪੰਜਾਬ ਖਤਮ ਕਰਨ ਦੀ ਗੱਲ ਕਰਦਾ ਯਾਰ, ਸ਼ਰਮ ਕਰਨ ਵਾਲੀ ਗੱਲ ਹੈ ਹੁਕਮ ਚੰਦ ਜੀ। ਤੁਸੀਂ ਸਾਡੇ ਮੈਂ ਫਿਰ ਵੀ ਤੁਹਾਡੀ ਇੱਜ਼ਤ ਕਰਦਾ, ਤੁਸੀਂ ਸਾਡੇ ਦਾਦਿਆਂ ਦੀ ਉਮਰ ਦੇ ਆਉਂਦੇ ਹੈ, ਪਰ ਤੁਸੀਂ ਸੋਚਿਆ ਕਰੋ ਕਿ ਗੱਲ ਤੁਸੀਂ ਕਰ ਕੇ ਰਹੇ ਹੋ। ਤੁਸੀਂ ਪੰਜਾਬੀ ਖਤਮ ਕਰਨ ਜਿੱਦੇ ਲੱਗ ਗਏ ਨਾ, ਕਹਿੰਦੇ ਹੁੰਦੇ ਆ ਇੱਕ, ਜੇ ਤੁਸੀਂ ਕਹਿੰਦੇ ਅਸੀਂ ਪੰਜਾਬੀ ਖਤਮ ਕਰਨੇ ਆ, ਪੰਜਾਬ ਦੇ ਵਿੱਚੋਂ ਪੰਜਾਬ ਇੰਡੀਆ ਦੇ ਵਿੱਚੋਂ ਪੰਜਾਬ ਅਸੀਂ ਚੱਕ ਦੇਣਾ, ਬੋਲੀ ਖਤਮ ਕਰ ਦੇਣੀ ਆ, ਇਹ ਤੁਹਾਡੀ ਗਲਤ ਸੋਚ ਹੈ, ਬਹੁਤ ਹੀ ਜ਼ਿਆਦਾ ਗਲਤ।
ਹੁਣ ਇਹ ਤਾਂ ਇਹ ਗੱਲ ਹੋ ਗਈ ਵੀ ਅਸੀਂ ਤੈਨੂੰ ਜਾ ਕੇ ਕਹੀਏ ਵੀ ਅਸੀਂ ਹੁਕਮ ਚੰਦ ਦੇ ਘਰੇ ਜਾ ਕੇ ਹੁਕਮ ਚੰਦ ਨੂੰ ਚੱਕ ਦੇਣਾ, ਇਹ ਤਾਂ ਗੱਲ ਗਲਤ ਹੈ। ਮੈਂ ਸਹਿ ਜੋ ਮੇਰੇ 'ਤੇ ਕੇਸ ਪੈਂਦਾ ਪਾਉਂਦੇ ਆਪਾਂ ਬਰਕਰਾਰ ਪੰਜਾਬੀਆਂ, ਜੇ ਸਾਡੀ ਪੰਜਾਬੀ ਨੂੰ ਮਾੜਾ ਬੋਲਿਆ ਅਸੀਂ ਬੋਲੇ ਹਾਂ। ਹੁਣ ਇੱਕ ਮੈਂ ਠੋਕਮ ਗੱਲਾਂ ਦੇ ਵਿੱਚ ਜਵਾਬ ਦੇਣਾ ਚਾਹੂੰਗਾ ਤੈਨੂੰ ਕਿ ਜਿਹਦੇ ਸਿਰ 'ਤੇ ਤੁਸੀਂ ਤਿਰੀ ਜਾਂਦੇ ਹੈ ਉਹ 5 ਸਾਲ ਹੀ ਰਹੂਗਾ। ਹੁਣ ਤੁਸੀਂ ਸਾਡੇ ਪੰਜਾਬ ਨਾਲ ਕਦੇ ਚੰਗਾ ਨਹੀਂ ਕੀਤਾ। ਅਸੀਂ ਇਹ ਸੋਚਦੇ ਹਾਂ ਕਿ ਸਾਡਾ ਇੰਡੀਆ ਬਰਕਰਾਰ ਰਹੇ ਅਤੇ ਤੁਸੀਂ ਹੋਰ ਦੇਸ਼ਾਂ ਨੂੰ ਛੱਡ ਕੇ ਜੰਗ ਹੀ ਸਾਡੇ ਨਾਲ ਲਾਉਂਦੇ ਹਾਂ। ਪਹਿਲਾਂ ਅੰਗਰੇਜ਼ਾਂ ਨੇ ਹਿੰਦੁਸਤਾਨ ਅਤੇ ਪਾਕਿਸਤਾਨ ਅਲੱਗ ਕਰਾਇਆ ਅਤੇ ਹੁਣ ਤੁਸੀਂ ਬੋਲੀ ਖਤਮ ਕਰਨ ਫਿਰਦੇ ਹਾਂ ਪੰਜਾਬੀਆਂ ਦੀ ਵਿੱਚ ਕੀ ਕਾਰਨ? ਸਾਡੀ ਅੱਧੀ ਬੋਲ ਤਾਂ ਤੁਸੀਂ ਖਤਮ ਕਰੀ ਬੈਠੇ ਆ, ਤੁਸੀਂ ਵੀ ਸੱਚੇ ਹੈ ਅਤੇ ਲੋਕ ਜਿਹੜੇ ਬੋਲਦੇ ਨਹੀਂ। ਅਸੀਂ ਬੈਂਕਾਂ ਦੇ ਵਿੱਚ ਜਾਈਏ, ਸਟੇਟ ਬੈਂਕ 'ਚ ਜਾ ਵੜੀਏ, ਉੱਥੇ ਹਿੰਦੀ 'ਚ ਗੱਲ ਕਰਦੇ ਆ। ਇੱਕ ਦਿਨ ਮੈਂ ਗਿਆ, ਮੈਨੂੰ ਕਹਿੰਦੇ ਹਿੰਦੀ ਮੈਂ ਬਾਤ ਕਰੋ। ਮੈਂ ਕਿਹਾ ਕਿਉਂ ਕਿਉਂ ਕਰੂੰ ਹਿੰਦੀ ਮੈਂ ਬਾਤ? ਮੈਂ ਗੁਜਰਾਤ ਮੈਂ ਫਿਰਤਾ, ਮੈਂ ਪੰਜਾਬ ਮੈਂ ਹੂੰ, ਮੇਰੀ ਮਾਂ ਬੋਲੀ ਪੰਜਾਬੀ ਹੈ, ਮੈਂ ਪੰਜਾਬੀ ਬੋਲੂੰਗਾ। ਉਹ ਕਹਿੰਦੇ ਨਾਲੇ ਹਿੰਦੀ ਬੋਲੀ ਹੈ ਨਾ। ਮੈਂ ਕਿਹਾ ਤੈਨੂੰ ਸਮਝਾਇਆ ਕੀ ਪਤਾ, ਮੈਂ ਤੈਨੂੰ ਆਉਂਦੀ ਨਾ ਹੋਵੇ ਪੰਜਾਬੀ। ਇਹ ਪੰਜਾਬ ਇੱਕ ਐਸੀ ਤਲਵਾਰ ਆ, ਜਿਵੇਂ ਤੁਹਾਨੂੰ ਮੈਂ ਹੁਣ ਇੱਕ ਸਮਝਾਉਣ ਲੱਗ, ਜਿਵੇਂ ਰਾਮ ਜੀ ਨੇ ਕਿਹਾ ਸੀ ਨਾ, ਜਿਵੇਂ ਤੁਹਾਡੀ ਇੱਜ਼ਤ ਕਰਦਾ ਮੈਂ ਤੁਹਾਡੇ ਧਰਮ ਦੀ ਵੀ, ਕਹਿੰਦੇ ਜਿਵੇਂ ਰਾਮ ਜੀ ਨੂੰ ਕਿਹਾ ਸੀ ਕਿ ਜਿਹੜਾ ਆਹ ਤੀਰ ਚੱਕ ਲੂਗਾ, ਆ ਕਮਾਨ ਚੱਕੂਗਾ, ਉਹੀ ਸੀਤਾ ਨਾਲ ਵਿਆਹ ਕਰਾਊਗਾ। ਇਹ ਸਾਡਾ ਪੰਜਾਬ ਵੀ ਉਹੀ ਚੀਜ਼ ਆ, ਸਾਡੇ ਗੁਰੂ ਪੀਰਾਂ ਦਾ ਪੰਜਾਬ ਆ, ਇਹ ਕੋਈ ਚੱਕ ਨਹੀਂ ਸਕਦਾ। ਇਹ ਤਾਂ ਸਿਰਫ ਜਿਹੜੇ ਗੁਰੂ ਦੇ ਲੋਕ ਉਹ ਚੱਕ ਸਕਦੇ, ਇਹ ਪੰਜਾਬ ਹੋਰ ਨਹੀਂ ਕੋਈ ਚੱਕ ਸਕਦਾ। ਇਹ ਪੰਜਾਬ ਇਹਦਾ ਧਨ ਜਿਗਰਾ ਗਿਣੋ ਸਾਡਾ, ਜਿਹੜੇ ਅਸੀਂ ਤੁਹਾਡੇ ਇੰਨੇ ਕੀਤੇ, ਜਿਹੜੇ ਤੁਸੀਂ ਸਾਡੇ 'ਤੇ ਅਟੈਕ ਕੀਤੇ, ਚਿੱਟੇ 'ਤੇ ਅਟੈਕ ਕੀਤੇ ਆ, ਸਾਡੇ ਕੁਛ ਲੀਡਰਾਂ ਨੇ ਕੀਤੇ ਆ, ਅਸੀਂ ਫਿਰ ਵੀ ਜਿਉਂਦੇ ਫਿਰਦੇ ਹਾਂ। ਸਾਡੇ ਅੱਧੇ ਲੋਕ ਬੇਰੁਜ਼ਗਾਰ ਕਰਤੇ ਤਾਂ ਕਿ ਸਾਡੇ ਲੀਡਰਾਂ ਦੀ ਸਾਜੇ, ਤੁਹਾਡੀ ਸਾਜਿਸ਼ ਤਾਂ ਕਿ 250-300 ਰੁਪਏ 'ਤੇ ਇਹਨਾਂ ਦੇ ਕੰਮ ਕੀ? ਇੱਕੋ ਹੀ ਕੰਮ ਆ ਤੁਹਾਡੇ, ਮੈਂ ਸਾਰੇ ਲੀਡਰ ਵਿੱਚ ਲਿਆਉਣਾ ਚਾਹੂੰਗਾ। ਪਹਿਲਾਂ ਪਾਣੀ ਬੰਦ ਕਰਨਗੇ, ਫਿਰ ਕਹਿਣਗੇ ਪਾਣੀ ਛਡਾਇਆ ਜਾਊਗਾ, ਫਿਰ ਇਹਨਾਂ ਦਾ ਕੀ ਕੰਮ ਹੈ? ਫਿਰ ਇਹ ਪਹਿਲਾਂ ਬਿਜਲੀ ਦਾ ਕੱਟ ਲਾਉਣਗੇ, ਫਿਰ ਕਹਿਣਗੇ ਤੁਹਾਨੂੰ 24 ਘੰਟੇ ਬਿਜਲੀ ਦਿੱਤੀ ਜਾਊਗੀ। ਅਤੇ ਬਿਜਲੀ ਤੁਸੀਂ ਕੱਟਦੇ ਕਿਉਂ ਹੈ ਯਾਰ? ਤੁਸੀਂ ਉਹੀ ਗੱਲਾਂ ਇਹ ਬਸ ਤੁਹਾਨੂੰ ਦੱਸੀ ਜਾਂਦਾ ਵੀ ਪੰਜਾਬ ਬਾਰੇ। ਚਲੋ ਪੰਜਾਬ ਦੇ ਲੋਕ ਤਾਂ ਆਪ ਹੀ ਜਿਹੜੇ ਹੋਏ ਪਏ ਆ, ਗਰਦਾਰ ਹੋਏ ਪਏ ਆ, ਉਹਨਾਂ ਗਰਦਾਰਾਂ ਤੋਂ ਅਸੀਂ ਪਿੱਛੇ ਹਟ ਕੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਬਾਰੇ ਮਾੜਾ ਨਾ ਸੋਚੋ, ਨਾ ਸੋਚੋ। ਫਿਰ ਕਿਤੇ ਇਹ ਨਾ ਹੋਵੇ ਕਿ ਫਿਰ ਸਾਡੇ ਗੁਰੂ ਇੱਥੇ ਆਉਣ ਅਤੇ ਜੱਪ ਪੈ ਜੇ ਮੁੜਕੇ, ਕਿਉਂਕਿ ਜਦੋਂ ਸਾਡੇ ਐਕਟ ਹੀ ਗੁਰੂ ਆ ਗਏ ਕੋਈ ਨਹੀਂ ਬਚਣਾ ਇੱਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਮੇਰੇ ਕਿਸੇ ਭਰਾ ਪੰਜਾਬੀ ਨੂੰ ਗਲਤ ਗੱਲ ਲੱਗਦੀ ਹੋਈ ਤਾਂ ਮੈਨੂੰ ਮਾਫ਼ ਕਰਿਆ ਜੀ, ਮੈਂ ਪਹਿਲਾਂ ਮਾਫ਼ੀ ਮੰਗੀ ਹੈ ਨਾ। ਪਰ ਇੱਕ ਮੈਂ ਤੁਹਾਨੂੰ ਗੱਲ ਕਹਿਣਾ ਚਾਹੂੰਗਾ, ਜਿਹੜੇ ਦੂਜੇ ਲੋਕ ਕਹਿ ਰਹੇ ਨਾ ਅਸੀਂ ਪੰਜਾਬੀਆਂ ਕਰਨੀ ਜਿਉਂ ਕਰਨੀ ਆ, ਫਿਰ ਤੋਂ ਕਹਿ ਰਿਹਾ ਪੰਜਾਬ 'ਤੇ ਨਹੀਂ ਬੇਰੁਜ਼ਗਾਰੀ ਨਾ ਫਸਾਓ, ਇੰਨੇ ਤੁਸੀਂ ਹਮਲੇਬਾਜ਼ੀ ਨਾ ਰੱਖੋ। ਜੇ ਸਾਡੇ ਗੁਰੂ ਹੁਣ ਆਏ ਇੱਥੇ, ਜਦੋਂ ਆਉਣਗੇ, ਆਉਣਾ ਜ਼ਰੂਰ ਉਹਨਾਂ ਨੇ, ਕਿਉਂਕਿ ਹੁਣ ਫਿਰ ਪੰਜਾਬ 'ਤੇ ਹਮਲੇ ਹੋਣੇ ਸਟਾਰਟ ਹੋ ਗਏ ਆ, ਫਿਰ ਖੈਰ ਨਹੀਂ, ਸਾਰੇ ਆਲ ਵਰਲਡ ਦੀ ਖੈਰ ਨਹੀਂ।